ਅਲੈਕਮ ਮੇਰੀ ਯੂਟਿਊਬ ਫੈਮਿਲੀ, ਕੀ ਹਾਲ ਚਾਲ ਹੈ ਮੇਰੇ ਦੇਸ਼ ਪ੍ਰਦੇਸ਼ 'ਚ ਰਹਿਣ ਵਾਲਿਆਂ ਨੂੰ, ਮੇਰੇ ਗਿਲਗਤ ਬਲਤਿਸਤਾਨ 'ਚ ਰਹਿਣ ਵਾਲਿਆਂ ਨੂੰ, ਸਭ ਨੂੰ ਮੇਰਾ ਸਲਾਮ ਔਰ ਸਭ ਨੂੰ ਈਦ ਮੁਬਾਰਕ। ਮੇਰੇ ਦੇਸ਼ 'ਚ ਰਹਿਣ ਵਾਲਿਆਂ ਨੂੰ, ਮੇਰੇ ਪ੍ਰਦੇਸ਼ 'ਚ ਰਹਿਣ ਵਾਲਿਆਂ ਨੂੰ, ਸਭ ਨੂੰ ਈਦ ਮੁਬਾਰਕ। ਦੇਸ਼ 'ਚ ਰਹਿਣ ਵਾਲਿਆਂ ਨੂੰ ਤੁਸੀਂ ਇੱਕ ਦੂਸਰੇ ਦਿਨ ਨੂੰ ਗਲੇ ਵੀ ਮਿਲ ਲੈਂਦੇ ਹਾਂ, ਜਿਹੜੇ ਸਾਡੇ ਕੋਲ ਕਰੀਬ ਭੈਣ ਭਾਈ ਨੇ ਅਸੀਂ ਉਹਨਾਂ ਨੂੰ ਗਲੇ ਮਿਲ ਕੇ ਈਦ ਮੁਬਾਰਕ ਕਹਿ ਦਿੰਦੇ ਹਾਂ। ਈਦ ਦੀ ਨਮਾਜ਼ ਪੜ੍ਹਨ ਗਏ ਅਸੀਂ ਕਹਿ ਦਿੰਦੇ ਹਾਂ ਈਦ ਮੁਬਾਰਕ ਮਿਲ ਜਾਂਦੇ। ਗੱਲ ਤਾਂ ਪ੍ਰਦੇਸ਼ 'ਚ ਰਹਿਣ ਵਾਲਿਆਂ ਦੀਆਂ, ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ, ਜਿਹੜੇ ਕੁਛ ਬੱਚੇ ਡਿਊਟੀਆਂ 'ਤੇ ਨੇ, ਕੁਛ ਬੱਚੇ ਜਿਹੜੇ ਸਾਡੇ ਕੁਛ ਬੱਚੇ ਪ੍ਰਦੇਸ਼ 'ਚ ਜਿਹੜੇ ਡਿਊਟੀਆਂ 'ਤੇ ਗਏ ਹੋਏ ਨੇ, ਕੁਛ ਬੱਚੇ ਸਾਡੇ ਆਪਣੇ ਆਪਣੇ ਕਮਰਿਆਂ 'ਚ ਬੰਦ ਹੋਣੇ ਨੇ, ਕੁਛ ਬੱਚੇ ਸਾਡੇ ਜਿਹੜੇ ਯਾਦ ਕਰ ਰਹੇ ਹੋਣੇ ਆਪਣੇ ਘਰ ਵਾਲਿਆਂ ਨੂੰ, ਆਪਣੇ ਦੋਸਤਾਂ ਨੂੰ, ਆਪਣੀ ਗਲੀ ਮੁਹੱਲੇ ਵਾਲਿਆਂ ਨੂੰ, ਸਭ ਨੂੰ ਯਾਦ ਕਰਕੇ ਮਿਸ ਕਰਦੇ ਹੋਣੇ ਕਿ ਸਾਡੀ ਈਦ, ਅੱਜ ਅਸੀਂ ਉੱਥੇ ਪਾਕਿਸਤਾਨ ਹੁੰਦੇ ਅਤੇ ਸਾਡੀ ਈਦ ਕਿਵੇਂ ਦੀ ਗੁਜ਼ਰਨੀ ਸੀ, ਕਿੱਡੀ ਅੱਛੀ ਗੁਜ਼ਰਨੀ ਸੀ। ਅੱਲਾਹ ਤਾਲਾ ਸਭ ਨੂੰ ਆਪਣੇ ਹਿੱਫਜ਼ੋ ਇਮਾਨ 'ਚ ਰੱਖੇ, ਅੱਲਾਹ ਸਭ ਨੂੰ ਆਪਣੇ ਹਿੱਫਜ਼ੋ ਇਮਾਨ 'ਚ ਰੱਖੇ ਅਤੇ ਸਭ ਨੂੰ ਮੇਰੀ ਤਰਫੋਂ ਇੱਕ ਦਫ਼ਾ ਫਿਰ ਦਿਲ ਦੀ ਗਹਿਰਾਈਆਂ ਨਾਲੋਂ ਈਦ ਮੁਬਾਰਕ। ਅਤੇ ਮਨਹਾ ਬੀਬੀ ਕਿਆ ਕਹੇਗੀ, ਮਨਹਾ ਇਸ ਈਦ 'ਤੇ ਕਿਆ ਕਹੇਗੀ? ਈਦ ਮੁਬਾਰਕ ਕਹੇਗੀ ਕਿਸ ਕਿਸ ਕੋ? ਸਭ ਕੋ ਅੱਛਾ। ਮਨਹਾ ਆਪਣਾ ਮੁਝੇ ਸੂਟ ਤੋਂ ਦਿਖਾਏ, ਬੜਾ ਪਿਆਰਾ ਇਹ ਸੂਟ ਹੈ, ਖੜੀ ਹੋ ਕੇ ਦਿਖਾਓ। ਵਾਹ ਜੀ ਵਾਹ। ਮਨਹਾ ਜੀ ਆਪਣਾ ਸੂਟ ਖੁਦ ਪਸੰਦ ਕਰਕੇ ਲੈ ਕੇ ਆਈਏ। ਮਨਹਾ ਕਹਿੰਦੀ ਸੀ ਕਿ ਮਾਮਾ ਮੈਨੇ ਇਹੀ ਲੈਣਾ ਹੈ। ਔਰ ਮਨਹਾ ਕੈਸਾ ਲਗਾ ਆਪਕੋ ਆਪਣਾ ਈਦ ਕਾ ਸੂਟ? ਮੇਰੀ ਮਨਹਾ ਮੁਝੇ ਆਪਣੀ ਮਹਿੰਦੀ ਤੋਂ ਦਿਖਾਏ। ਅੱਛਾ ਜੀ, ਮਨਹਾ ਨੇ ਮਹਿੰਦੀ ਵੀ ਲਗਾਈ ਹੈ। ਇਹ ਕਿਸਨੇ ਮਹਿੰਦੀ ਲਗਾਈ ਹੈ ਆਪਕੇ? ਕਿਸਨੇ? ਸਾਹਿਲ ਮਾਮੀ ਨੇ ਲਗਾਈ ਹੈ ਜੀ, ਇਹਦੀ ਮਾਮੀ ਨੇ ਮਹਿੰਦੀ ਲਗਾਈ ਹੈ। ਮਾਮੀ ਬੱਚਿਆਂ ਨਾਲ ਕਾਫੀ ਪਿਆਰ ਕਰਦੀ ਹੈ ਅਤੇ ਗਈ ਹੈ ਅਤੇ ਜਾ ਕੇ ਹੱਥ ਮਾਮੀ ਦੇ ਅੱਗੇ ਕਰ ਦਿੱਤੇ ਕਿ ਮਾਮੀ ਮੈਂ ਮਹਿੰਦੀ ਲਗਾਉਣੀ ਹੈ। ਅੱਛਾ, ਤੋ ਮਨਹਾ ਕਿ ਮਹਿੰਦੀ ਸਾਹਿਲ ਮਾਮੀ ਨੇ ਲਗਾਈ ਹੈ? ਸਾਹਿਲ ਮਾਮੀ। ਅੱਛਾ ਬੁਰਾਕ ਸਾਹਿਬ, ਆਪ ਕਿਆ ਕਹਿਣਾ ਚਾਹੇਂਗੇ? ਕਿਆ ਹੋਤੀ ਹੈ? ਕਿਸੇ ਸਪੈਸ਼ਲ ਈਦ ਮੁਬਾਰਕ ਕਹਿਣਾ ਚਾਹਤੇ ਹੋ? ਆਪਕੇ ਡੈਡੀ? ਆਪਕੇ ਡੈਡੀ ਕਹਾਂ ਪਿਆ ਜੋ? ਹਮਕੇ ਡੈਡੀ? ਕਹਾਂ ਹੋਤੇ ਹੈ ਆਪਕੇ ਡੈਡੀ? ਡੈਨਮਾਰਕ ਹੋਤੇ ਹੈ। ਅੱਛਾ ਬੁਰਾਕ, ਔਰ ਕਿਆ ਕਹਿਣਾ ਚਾਹੇਂਗੇ ਆਪ? ਈਦ ਮੁਬਾਰਕ। ਅੱਛਾ ਜੀ, ਖੈਰ ਮੁਬਾਰਕ। ਮੇਰੇ ਦੇਸ਼ ਪ੍ਰਦੇਸ਼ 'ਚ ਰਹਿਣ ਵਾਲੇ ਹੋ, ਇੱਕ ਦਫ਼ਾ ਫਿਰ ਤੁਹਾਨੂੰ ਈਦ ਮੁਬਾਰਕ ਔਰ ਦਿਲ ਦੀ ਗਹਿਰਾਈਆਂ ਨਾਲ ਤੁਹਾਨੂੰ ਈਦ ਮੁਬਾਰਕ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ। ਬਹੁਤ ਸਾਰੀਆਂ ਬੰਦਾ ਦਿਲ ਕਰਦਾ ਹੁੰਦਾ ਇਸ ਦਿਨ ਦੇ ਵਿੱਚ ਨਾ, ਖਾਸ ਤੌਰ 'ਤੇ ਆਪਣੇ ਮਾਂ ਬਾਪ ਜਿਨ੍ਹਾਂ ਦੇ ਦੂਰ ਹੋਣ, ਵਿਛੜੇ ਹੋਣ, ਜਿਨ੍ਹਾਂ ਦੇ ਦੁਨੀਆਂ 'ਤੇ ਨਾ ਹੋਣ, ਬੜੇ ਹੀ ਯਾਦ ਆਉਂਦੇ ਨੇ ਉਹਨਾਂ ਦੀਆਂ ਕਮੀਆਂ, ਉਹਨਾਂ ਦੀਆਂ ਨਾ ਹੋਣਾ, ਉਹਨਾਂ ਨੂੰ ਮਹਿਸੂਸ ਕਰਨਾ ਬਹੁਤ ਹੀ ਮੁਸ਼ਕਲ ਦਿਨ ਹੁੰਦਾ। ਹੁੰਦਾ ਤਾਂ ਖੁਸ਼ੀਆਂ ਦਾ ਦਿਨ ਹੈ, ਮਗਰ ਖੁਸ਼ੀਆਂ ਆਪਣਿਆਂ ਦੇ ਨਾਲ ਹੁੰਦੀਆਂ ਨੇ ਆਪਣੇ। ਕਿਆ? ਆਪਕੇ ਡੈਡੀ ਡੈਨਮਾਰਕ ਮੇ, ਇਨਸ਼ਾਅੱਲਾ ਵੋ ਵੀ ਆ ਜਾਏਂਗੇ ਬੜੀ ਈਦ ਪੇ। ਅਤੇ ਮੇਰਾ ਅਗਰ ਤੁਹਾਨੂੰ ਛੋਟਾ ਜਿਹਾ ਨਾ ਇਹ ਵਲੋਗ ਪਸੰਦ ਆਏ ਤਾਂ ਪਲੀਜ਼ ਲਾਈਕ, ਸਬਸਕ੍ਰਾਈਬ ਔਰ ਸ਼ੇਅਰ ਕਰਨਾ। ਇਹ ਤਾਂ ਦਿਨ ਬੱਚਿਆਂ ਦੇ ਨੇ, ਖੁਸ਼ੀਆਂ ਬੱਚਿਆਂ ਦੀਆਂ ਨੇ। ਬੱਚੇ ਦੇਖੋ ਮਾਸ਼ਾਅੱਲਾ ਕਿੱਡੇ ਸੋਹਣੇ, ਉਹਨਾਂ ਨੂੰ ਨਹੀਂ ਫਿਕਰਾਂ ਅਤੇ ਨਾ ਕੋਈ ਗੱਲਾਂ, ਉਹਨਾਂ ਨੂੰ ਕੱਪੜੇ ਪਾਏ ਨੇ, ਮਹਿੰਦੀਆਂ ਲਾਈਆਂ ਨੇ, ਪਰਸ ਲਏ ਨੇ, ਮਾਮਾ ਮੈਂ ਮਹਿੰਦੀ ਲੈਣੀ ਹੈ, ਮੈਂ ਪਰਸ ਲੈਣਾ, ਮੈਂ ਚੂੜੀਆਂ ਲੈਣੀਆਂ ਨੇ। ਅਤੇ ਸਾਨੂੰ ਵੀ ਆਪਣਾ ਵਕਤ ਯਾਦ ਆ ਜਾਂਦਾ ਹੈ ਕਿ ਅਸੀਂ ਵੀ ਕਿਤੇ ਕਦੀ ਆਪਣੇ ਮਾਂ ਬਾਪ ਨੂੰ ਇੰਝ ਹੀ ਕਹੀਦਾ ਹੁੰਦਾ ਸੀ, ਪਰ ਹੁਣ ਤਾਂ ਸਾਨੂੰ ਇੰਝ ਹੀ ਲੱਗਦਾ ਹੈ ਕਿ ਜਿਵੇਂ ਪਤਾ ਨਹੀਂ ਇਹ ਖਾਬ ਹੀ ਸੀਗੇ। ਪਰ ਇਹਨਾਂ ਬੱਚਿਆਂ ਵੱਲ ਦੇਖ ਕੇ ਲੱਗਦਾ ਨਹੀਂ, ਅਸੀਂ ਵੀ ਬਚਪਨ ਗੁਜ਼ਾਰਿਆ ਹੈ, ਸਾਡਾ ਵੀ ਬਚਪਨ ਗੁਜ਼ਰਿਆ ਹੈ, ਅਸੀਂ ਵੀ ਇੰਝ ਹੀ ਆਪਣੇ ਮਾਂ ਬਾਪ ਨਾਲ ਕਰਦੇ ਸੀ। ਅਤੇ ਅੱਲਾਹ ਤਾਲਾ ਸਭ ਨੂੰ ਖੁਸ਼ੀਆਂ ਦੇਵੇ, ਅੱਲਾਹ ਤਾਲਾ ਇਹਨਾਂ ਬੱਚਿਆਂ ਨੂੰ ਵੀ, ਇਹਨਾਂ ਬੱਚਿਆਂ ਦੀ ਈਦ ਅਤੇ ਸਾਡੀ ਈਦ, ਇਹਨਾਂ ਬੱਚਿਆਂ ਵੱਲ ਦੇਖ ਕੇ ਸਾਡੀ ਈਦ ਹੋ ਜਾਂਦੀ ਹੈ। ਐਸੀ ਹੈ ਮਨਹਾ, ਈਦ ਮੁਬਾਰਕ। ਅੱਛਾ ਜੀ, ਈਦ ਮੁਬਾਰਕ ਹੋ ਰਹੀ ਹੈ।